ਫਲੌਰ ਦੇ ਨਜ਼ਦੀਕ ਪਿੰਡ ਤੇਂਗ ਵਿਖੇ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ ਵਿੱਚ ਲੜਕੀ ਵਾਲਿਆਂ ਵੱਲੋਂ ਅੱਜ DSP ਦਫ਼ਤਰ ਫਲੌਰ ਅਤੇ ਮੁਹੱਲਾ ਵਾਸੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਰੋਡ ਜਾਮ ਰੱਖੀ ਗਈ। ਲੜਕੀ ਦੇ ਵਾਰਸਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਰੋਪੀਆਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਧਰਨੇ 'ਤੇ ਬੈਠੇ ਪੁਲਿਸ ਮੰਗ ਕਰ ਰਹੇ ਸਨ ਕਿ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿਲਾਇਆ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਏਗਾ। ਫਲੌਰ ਤੋਂ ਰਾਜਕੁਮਾਰ ਨੰਗਲ। SIT ਜਿਹੜੀ ਬਣੀ ਹੋਈ ਹੈ, ਜਿਹੜੀ SIT ਹੈ ਤਫਤੀਸ਼ ਕਰ ਰਹੀ ਹੈ ਅਤੇ ਜੋ ਵੀ ਤਫਤੀਸ਼ ਦੇ ਸਾਹਮਣੇ ਦਰ ਥਾਣੀ ਉਹ ਸਾਨੂੰ ਕਰ ਰਹੀ ਸੀ। ਉਸ ਸੰਬੰਧ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅਮਰਜੀਤ ਸਿੰਘ ਅੰਬਾ ਅਤੇ ਉਹਦੇ ਲੜਕੇ ਨੂੰ ਗ੍ਰਿਫਤਾਰ ਕਰਨ ਲਈ ਧਰਨਾ ਲਗਾਇਆ ਸੀ DSP ਦਫ਼ਤਰ ਮੰਡੀ ਸਾਹਿਬ ਦੇ ਬਾਹਰ। ਉਹਨਾਂ ਨੂੰ ਬੁਲਾ ਕੇ ਇਹਦਾ ਭਰੋਸਾ ਦਿੱਤਾ ਗਿਆ ਅਤੇ ਜਿਹੜੀ ਸੀਟ ਜਲਦੀ ਹੀ ਤੁਹਾਨੂੰ ਇਨਸਾਫ ਕਰੇਗੀ ਅਤੇ ਇਸ ਭਰੋਸੇ ਉੱਤੇ ਨਹੀਂ ਆਪਣਾ ਜਿਹੜਾ ਧਰਨਾ ਚੁੱਕਿਆ। ਇਹ ਤੇਂਗ ਦਾ ਮਸਲਾ ਹੈ ਜਿਹੜਾ ਕਿ ਲੜਕੀ ਦੇ ਨਾਲ ਬਲਾਤਕਾਰ ਹੋਇਆ ਸੀ, ਜਿਹਦੇ ਵਿੱਚ ਪਰਚਾ ਦਰਜ ਹੋਏ ਨੂੰ 2 ਮਹੀਨੇ ਹੋ ਚੁੱਕੇ ਆ ਅਤੇ ਉਹਦੇ ਸੰਬੰਧ ਦੇ ਵਿੱਚ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਨਹੀਂ ਹੋ ਚੁੱਕੇ, ਹੋਰ ਹੈ ਉਹ ਗ੍ਰਿਫਤਾਰ ਨਹੀਂ ਕਰ ਰਹੇ ਪੁਲਿਸ। ਉਹਦੇ ਸੰਬੰਧ ਦੇ ਵਿੱਚ ਧਰਨਾ ਸੀਗਾ ਕਿ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਦਕਿ ਪਰਚੇ ਦੇ ਵਿੱਚ ਉਹਨਾਂ ਦਾ 22 ਨੇ ਪਰਚਾ ਆ ਅਤੇ ਧਾਰਾ ਜਿਹੜੀ ਹੈਗੀ ਆ 376 ਦੇ ਪੋਸਟੋ ਲੱਗੀ ਹੋਈ ਆ, ਉਹ ਬੰਦੇ ਨਹੀਂ ਗ੍ਰਿਫਤਾਰ ਕਰਕੇ ਕਰ ਰਿਹਾ ਸੀ, ਇਸ ਕਰਕੇ ਧਰਨਾ ਲਾਇਆ ਸੀ। ਪਰ ਹੁਣ ਜਿਹੜਾ ਹੈਗਾ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ, SP ਹੈੱਡਕੁਆਰਟਰ ਸਾਹਿਬ ਨੇ ਜਿਹੜਾ ਹੈਗਾ ਕਿ ਉਹਨਾਂ ਦੇ ਕੋਲ ਸ਼ਾਮ ਨੂੰ ਅਸੀਂ ਜਿਹੜਾ ਹੈਗਾ ਜਾ ਕੇ ਕੋਈ ਬਿਆਨ ਲਿਖਾਉਣੇ ਆ ਅਤੇ ਉਹਦੇ ਵਿਸ਼ਵਾਸ ਦਵਾਉਣ 'ਤੇ ਅਸੀਂ ਧਰਨਾ ਚੱਕਿਆ ਹੈਗਾ ਅਤੇ ਜੇਕਰ ਸਾਡਾ ਜਿਹੜਾ ਹੈਗਾ ਫਿਰ ਵੀ ਬੰਦੇ ਗ੍ਰਿਫਤਾਰ ਨਾ ਹੋਏ ਅਤੇ ਅਗਲਾ ਸਟੈਪ ਜਿਹੜਾ ਹੈਗਾ ਅਸੀਂ ਫਿਰ ਕੋਈ ਧਰਨੇ ਦਾ ਜਾਂ ਹੋਰ ਇਹੋ ਜਿਹਾ